चढ़ाई बहुत आ पर कोई भी धार्मिक स्थान थोड़ी जी मेहनत करके जाइए तो ज्यादा जेड़ा मजा आ मेरे वालों सारयां नूं प्यार भरी सति श्री अकाल जी। अज्ज दा व्लॉग आपां इत्थे शुरू करदे हां। अज्ज दे व्लॉग च आपां चले जी इक खास जगह जिथे के सारे जने अपनियां अपनियां चिंतावां नूं पूरियां करन जांदे ने। अज्ज आपां चले जी माता चिंतपूर्णी। उत्थों दी सारी वीडियो आपां तुहानूं शूट करके दिखावांगे। जे तुहानूं व्लॉग चंगा लगा लाइक ते शेयर जरूर करियो। मेरे चैनल सबसक्राइब करके बैल नोटिफिकेशन जरूर ऑन कर दिओ जो कि तुहानूं नवीं नवीं होर वीडियोज़ की नोटिफिकेशन तुहाडे फोन उपर आ सके। जिहड़े व्लॉग नवां देख रहे हैं वो तो जरूर सबसक्राइब कर लियो जी। तो हुण आपां एंड ते मिलदे हां जी। तुसीं कमेंट करके भी दस्सिओ कि आपां किद्दां दी तुहानूं इह व्लॉग चंगा लगा ते तुहानूं हुण अगला व्लॉग तुसीं किद्दां दा देखना चाहुंदे हो। हुण आपां मिलदे हां जी बाद विच ते तुसीं हुण वीडियो दा आनंद माणो जी। थक गए चढ़ाई बहुत आ पर कोई भी धार्मिक स्थान आ उत्थे थोड़ी जी मेहनत करके जाइए तो ज़्यादा जेड़ा मज़ा आता। बस हुण आपां पहुंचण ही वाले। बाजार देखो किवें है ਚੜਨਾ ਨਾਰੀਅਲ ਥੋੜੇ ਇੱਥੇ ਆਪਾਂ ਲੱਗੇ ਹਾਂ ਜੀ ਜੋੜੇ ਲਾਉਣ ਕਿਉਂਕਿ ਬਹੁਤ ਪਿੱਛੇ ਤੋਂ ਤੁਹਾਨੂੰ ਪਤਾ ਸਾਰੇ ਕਹਿ ਰਹੇ ਸੀ ਜੀ। ਇੱਥੇ ਵੀਰ ਜੀ ਨੇ ਰੋਕ ਲਿਆ ਜੈ ਮਾਤਾ ਦੀ ਬੋਲ ਕੇ ਅਤੇ ਆਪਾਂ ਕਿਹਾ ਵੀ ਚੱਲ ਕੋਈ ਗੱਲ ਨਹੀਂ ਹੋਰ ਆਪਾਂ ਇੱਥੇ ਉਤਾਰ ਦਿੰਦੇ ਜੋੜੇ ਨਾਲ ਆਪਾਂ ਟੋਕਰੀ ਤਿਆਰ ਕਰਾਵਾਂਗੇ। ਵੀਰੇ ਜੋ ਜੋ ਵੀ ਚੜ੍ਹਦਾ ਨਾ ਤੁਸੀਂ ਸਾਰਾ ਕੁਛ ਵੀ ਭਰ ਇੱਕ ਨਾਰੀ ਲੋ हलवा कितना का डालना उसमें डाल दो ये रोज बनाते हो? हाँ जी ताज़ा बनता है जो देसी घी का होता है ताज़ा बनता है। ये उतार के ना इसके ऊपर यही दो ऐसे ठीक है ठीक है। मैं आपको बताया ना थाली में डाल देता हूँ ये ले आना कागज नहीं डाल कोई बात नहीं ठीक है ठीक है। चुन्नी कौन सी डालनी जी ਇੱਧਰ ਵੀ ਹਰ ਇੱਕ ਦੁਕਾਨ ਦੇ ਉੱਤੇ ਪਈ ਹੈ। ਜਦ ਕੋਈ ਕਸਟਮਰ ਆਉਂਦਾ ਉਹਨਾਂ ਨੂੰ ਇਹ ਪਾ ਕੇ ਦੇ ਦਿੰਦੇ ਨੇ। द्वापर कृष्ण मुरारी द्वापर कृष्ण मुरारी करो मेरा दी बरसात जोता वाली है पहाड़ वाली है करो मेरा दी बरसात मात आई जागे वाली रा हाजरिया हो चुके हैं जी मंदिर के अंदर तो हम एंट्री करने जा रहे हैं।
ਮਿੰਟ ਲੱਗ ਗਏ ਜਦੋਂ ਆਉਂਦੇ ਹਾਂ ਤਾਂ ਫਾਈਨਲੀ ਆਪਾਂ ਮੰਮੀ ਦੇ ਕੋਲ ਪਹੁੰਚ ਚੁੱਕੇ ਹਾਂ ਮੱਥਾ ਟੇਕ ਆਏ ਸੀਗੇ ਪਰ ਆਪਾਂ ਗਲਤ ਰਸਤੇ ਨੂੰ ਆ ਗਏ ਵਾਪਸ ਜਿੱਥੇ ਆਪਾਂ ਚੱਪਲ ਉਤਾਰੀ ਸੀ ਪਰਛਾ ਲਿਆ ਸੀ ਇਹ ਥਾਲੀ ਵੀ ਆਪਾਂ ਵਾਪਸ ਕਰਨੀ ਆ ਵੀ ਹੁਣ ਘੁੰਮ ਕੇ ਫਿਰ ਉੱਧਰ ਨੂੰ ਜਾਵਾਂਗੇ ਆਪਾਂ ਫਿਰ ਉੱਥੋਂ ਆਪਾਂ ਚੱਪਲਾਂ ਲਵਾਂਗੇ ਆਪਣੀਆਂ ਅਤੇ ਥਾਲੀ ਵਾਪਸ ਕਰਾਂਗੇ ਫਿਰ ਆਪਾਂ ਆਪਣੀ ਟੈਂਪੋ ਟਰੈਵਲ ਵੱਲ ਚੱਲਾਂਗੇ ਇਹ ਦੇਖੋ ਜੀ ਹੁਣ ਆਪਾਂ ਮੱਥਾ ਟੇਕ ਕੇ ਵਾਪਸ ਆ ਚੁੱਕੇ ਹਾਂ ਤਾਂ ਹੁਣ ਇਸ ਟਾਈਮ ਮੰਦਿਰ ਬੰਦ ਹੋ ਚੁੱਕਾ ਹੈ ਅਤੇ ਲਾਈਨ ਦੇਖ ਸਕਦੇ ਹੋ ਥੱਲੇ ਤੱਕ ਲੱਗੀ ਹੋਈ ਹੈ ਇਹ ਦੇਖੋ ਜੀ ਨੀਚੇ ਤੱਕ ਲੈਨ ਲੱਗੀ ਹੋਈ ਹੈ ਜਿੱਦਾਂ ਕਿ ਆਪਾਂ ਉੱਤੋਂ ਮੱਥਾ ਟੇਕ ਕੇ ਵਾਪਸ ਆ ਚੁੱਕੇ ਹਾਂ ਅਤੇ ਹੁਣ ਇਸ ਨੂੰ ਆਪਾਂ ਬਾਜ਼ਾਰ ਵਿੱਚ ਘੁੰਮਦੇ ਪਏ ਹਾਂ ਅਤੇ ਇੱਥੋਂ ਆਪਾਂ ਹੁਣ ਲੈ ਰਹੇ ਹਾਂ ਜੀ ਕੋਲ ਥੋੜ੍ਹੀ ਦਾਲ ਜਿਹੜੀ ਆਪਾਂ ਉੱਥੇ ਬਨੇਰਾ ਪਿੰਡ ਦੇ ਵਿੱਚ ਜਿਹਦੀ ਖਿਚੜੀ ਖਾਧੀ ਸੀਗੀ ਹੁਣ ਆਪਾਂ ਵਾਪਸ ਚੱਲਾਂਗੇ ਅਤੇ ਹੁਣ ਇਹ ਆਪਾਂ ਅੱਜ ਦੇ ਵਲੋਗ ਦਾ ਇੱਥੇ ਕਰਦੇ ਹਾਂ ਜੀ ਐਂਡ ਜੇ ਤੁਹਾਨੂੰ ਵਲੋਗ ਚੰਗਾ ਲੱਗਾ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਜ਼ਰੂਰ ਔਨ ਕਰ ਦਿਓ ਅਤੇ ਨਾਲ ਹੀ ਆਪਾਂ ਹੁਣ ਨਾਨੀ ਉਹਨਾਂ ਨੂੰ ਆਪਾਂ ਜਾਂਦੇ ਜਾਂਦੇ ਨਾਲ ਲੈ ਲਾਂਗੇ ਕਿਉਂਕਿ ਉਹ ਵੀ ਇੱਥੇ ਆਏ ਸੀਗੇ ਮੱਥਾ ਟੇਕਣ ਅਤੇ ਹੁਣ ਰਾਤ ਰਸਤੇ ਦੇ ਵਿੱਚ ਆਪਾਂ ਉਹਨਾਂ ਨੂੰ ਪਿਕਅਪ ਕਰਾਂਗੇ ਅਤੇ ਨਾਲ ਹੀ ਫਿਰ ਨਾਨਕੇ ਚੱਲਾਂਗੇ ਅਤੇ ਕੱਲ੍ਹ ਦੇ ਵਲੋਗ ਦੇ ਵਿੱਚ ਤੁਹਾਨੂੰ ਮਿਲਾਂਗੇ ਜੀ ਨਾਨਕੇ ਹੁਣ ਤੁਸੀਂ ਵਲੋਗ ਦਾ ਇੱਥੇ ਆਪਾਂ ਐਂਡ ਕਰਦੇ ਹਾਂ ਮਿਲਦੇ ਜੀ ਅਗਲੇ ਵਲੋਗ ਵਿੱਚ ਤਦ ਤੱਕ ਲਈ ਬਾਏ